ਜਿਹੜਾ ਪੈਂ ਭੂਨ ਜੋ ਰਹਿੰਦੇ ਨੇ ਨਾ ਇਹਨੇ ਜੇ ਨਾ ਵੇਚੀ ਰਹਿਣਾ ਬੋਰਡ ਦੇ ਪੱਕਾ ਕਿੰਨੇ ਫੁੱਟ ਦਾ ਪੈਂਪ 20 ਫੁੱਟ ਦਾ बिस्मिल्लाहिर्रहमानिर्रहीम अस्सलाम वालेकुम की हाल है सोने हो जैसा कि बच्चा बच्चा जान रहा मैं जी हमजा सिद्धू मिंबड़ा दे खूवाला इस टाइम यहाँ खलोता मैं बाबा जी बोर वाले दे कोल नवे घर च जिहड़ा असीं कराना बोर पानी वाली मोटर लानी है मिज़ाइल लाना उहदे वास्ते जिहड़ा मैं इत्थे आया हां बोर वाले कोल आंदे ने भई एक दो दिन च जिहड़ा मशीन लै आउने आ ते तुहाडा जिहड़ा बोर इंशाल्लाह जिहड़ा करके देने आ ओ साडा पिंड ऐ जिहड़ा इत्थे बोर होण डिया ਇੱਥੇ ਜਿਹੜਾ ਦੂਸਰਾ ਪਿੰਡ ਮਲਾਣੀ ਦੋਵਾਂ ਪਿੰਡਾਂ ਦੇ ਜਿਹੜਾ ਵਿਚਕਾਰ ਬੋਰ ਕਰਨ ਡਏ ਨੇ ਇੱਥੋਂ ਨੇੜੇ ਹੀ ਹੈ ਫਿਰ ਮਸ਼ੀਨਾਂ ਲੈ ਕੇ ਜਿਹੜਾ ਉੱਥੇ ਤੁਰ ਜਾਣਗੇ ਇੱਥੇ ਜਿਹੜਾ ਮੈਨੂੰ ਇੱਕ ਡੇਰਾ ਲੱਭਿਆ ਜਿਵੇਂ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ ਨਾ ਡੇਰਾ ਆਹ ਚੈੱਕ ਕਰੋ ਨਲਕਾ ਵੀ ਲੱਗਿਆ ਉਹ ਪਰਾਂ ਢਾਰੇ ਜਾਨਵਰਾਂ ਵਾਸਤੇ ਇੱਧਰ ਚੈੱਕ ਕਰੋ ਫੁੱਲ ਜਿਹੜਾ ਪੁਰਾਣੇ ਜ਼ਮਾਨੇ ਦਾ ਇੱਥੇ ਜਿਹੜਾ ਮੰਜੀ ਵੀ ਡੱਸੀ ਹੈ ਬਾਬਾ ਜੀ ਜਿਵੇਂ ਪੁਰਾਣਾ ਕਲਚਰ ਨਹੀਂ ਹੁੰਦਾ ਪਹਿਲੇ ਜ਼ਮਾਨੇ ਫੁੱਲ ਜਿਹਾ ਇੱਥੇ ਆ ਕੇ ਉਹੋ ਜਿਹੀ ਫੀਲਿੰਗ ਆਉਂਦੀ ਹੈ ਬਾਬੇ ਬੈਠੇ ਹੋਣੇ ਨੇ ਇੱਥੇ ਬਾਬਾ ਜੀ ਮੰਜੀਆਂ 'ਤੇ ਗੱਲਾਂ ਕਰਦੇ ਹੋਣੇ ਆ ਪਰ ਹੁਣ ਤਾਂ ਜਿਹੜਾ ਜਿਹੜੇ ਪੁਰਾਣੇ ਬਾਬੇ ਹਨ ਸਾਡੇ ਦਾਦੇ ਉਹ ਤਾਂ ਇਸ ਦੁਨੀਆਂ 'ਚ ਚਲੇ ਗਏ ਨੇ ਅਤੇ ਹੁਣ ਅੱਗੂ ਜਵਾਨ ਨੇ ਉਹ ਮੋਬਾਈਲਾਂ 'ਚ ਲੱਗੇ ਰਹਿੰਦੇ ਨੇ ਉਹਨਾਂ ਕੋਲ ਬਹਿਣ ਦਾ ਟਾਈਮ ਹੀ ਨਹੀਂ ਹੁੰਦਾ ਕਿਤੇ ਇੱਕ ਜਿਹਾ ਨਾ ਉਹ ਸਾਹਮਣਾ ਡੇਰਾ ਉਹ ਵੀ ਵੇਖੋ ਪੁਰਾਣੇ ਡੇਰੇ ਨਹੀਂ ਹੁੰਦੇ ਪਹਿਲਾਂ ਉਂਝ ਦਾ ਡੇਰਾ ਉਹ ਵੀ ਮੈਂ ਜਿਹੜਾ ਨਾ ਬਹੁਤ ਹੀ ਮਤਲਬ ਅੱਗੇ ਨਹੀਂ ਜਾਣ ਡਿਆ ਕਿਉਂਕਿ ਇੱਥੇ ਨਾਲ ਚੀਜ਼ਾਂ ਚੂਜ਼ਾਂ ਪਈਆਂ ਹਨ ਅਤੇ ਬਾਅਦ 'ਚ ਮੈਨੂੰ ਕੋਈ ਹੋਰ ਚੀਜ਼ ਚੁੱਕ ਕੇ ਲੱਗਦਾ ਮੇਰਾ ਨਾ ਆਉਣਾ ਨਾ ਲੱਗ ਜਾਏ ਬਾਕੀ ਮੈਂ ਥੋੜ੍ਹਾ ਕਿੱਥੇ ਆਇਆ ਵਾਂ ਅਤੇ ਉਹ ਕੁੱਤਾ ਵੱਜਿਆ ਡਰ ਵੀ ਲੱਗਣ ਡਿਆ ਅਤੇ ਅਸੀਂ ਤਾਂ ਚੈੱਕ ਕਰੋ ਪੱਠੇ ਕੁਤਰਨ ਵਾਲਾ ਟੋਕਾ ਸ਼ੋਕਾ ਵੀ ਹੈ ਪੂੜਾ ਜਿਹਾ ਫੁੱਲ ਉੱਤਰ ਜਿਹਾ ਜ਼ਮੀਨ ਇਹਨਾਂ ਦੀ ਅਤੇ ਡੇਰਾ ਵੇਖੋ ਜਿਹਾ ਕਿੱਡਾ ਸੋਹਣਾ ਅਸੀਂ ਆ ਉੱਤੇ ਛੱਤ ਛੱਤ ਪਾਉਣ ਦੇ ਨੇ ਅੱਗੂ ਸਰਦੀਆਂ ਆਉਣੀਆਂ ਨਾ ਅਤੇ ਜਾਨਵਰਾਂ ਵਾਸਤੇ ਆ ਛੱਤ ਪਾ ਕੇ ਹੜਾੜੀ ਕਰਨ ਦੇ ਨੇ ਇਹੋ ਜਿਹੇ ਡੇਰੇ 'ਚ ਜਿਹੜਾ ਨਾ ਰਹਿਣ ਦਾ ਵੀ ਆਪਣਾ ਹੀ ਸਵਾਦ ਹੈ ਫੁੱਲ ਨਜ਼ਾਰੇ ਮੈਂ ਜਿਹਾ ਚੱਲਾਂ ਘਰ ਨੂੰ ਵਾਪਸ ਇੱਥੇ ਮੇਰਾ ਧਿਆਨ ਪਿਆ ਬਾਬਾ ਜੀ ਉਹ ਸ਼ਿਕਾਰੀ ਕੁੱਤੇ ਕੁੱਤੇ ਲੈ ਕੇ ਜੇ ਉਹਨਾਂ ਨੂੰ ਸੈਰ ਕਰਾਉਣ ਡਏ ਨੇ ਉਹ ਵੇਖੋ ਉਹ ਨਹਿਰ ਵੱਲ ਨੂੰ ਜਾਣ ਦੇ ਨੇ ਉੱਧਰ ਨੂੰ ਉੱਥੇ ਜਾ ਕੇ ਜੀ ਪ੍ਰੈਕਟਿਸ ਪ੍ਰੂਕਟਿਸ ਕਰਾਉਣਗੇ ਦੌੜ ਛੋੜ ਲਵਾਉਣਗੇ ਜ਼ਰਾ ਸ਼ਿਕਾਰ ਕਰਾਉਣਗੇ ਇਹਨਾਂ ਕੋਲ ਇੱਕ ਤਾਂ ਆ ਮਸ਼ੀਨ ਲੱਗ ਪਈ ਇੱਥੇ ਸੜਕ ਪੁੱਟਣ ਵਾਲੀ ਬਾਬਾ ਜੀ ਇੰਨੇ ਹੀ ਇੱਥੇ ਮੱਤ ਮਾੜੀ ਪਈ ਹੈ ਸੜਕ ਜਿਹਾ ਨਾ ਪੁੱਟ ਪੁੱਟ ਕੇ ਰੱਖੀ ਜਾਣ ਡਈ ਹੈ ਮਸ਼ੀਨ ਅੱਗੇ ਕੋਈ ਨਹੀਂ ਬਣਾਉਂਦਾ ਟੁੱਟੀ ਸੜਕ ਅਤੇ ਅੱਗੂ ਜਿਹੜੀ ਬਣੀ ਹੈ ਨਾ ਉਹ ਵੀ ਪੁੱਟੀ ਜਾਣ ਡਈ ਹੈ ਵੇਖੋ ਫਿਰ ਹੁਣ ਕਿਦੂ ਬਣਦੀ ਹੈ ਪੁੱਟਣ 'ਤੇ ਦਏ ਨੇ ਆਈਏ ਕਿਹੜੀ ਮੈਂ ਫਾਈਨਲੀ ਜੀ ਬੋਰ ਵਾਲੀ ਮਸ਼ੀਨ ਆ ਗਈ ਜੇ ਅਤੇ ਬੋਰ ਵਾਲਾ ਸਮਾਨ ਵੀ ਆ ਗਿਆ ਜੇ ਪੈਂਪ ਸ਼ੈਂਪ ਅਤੇ ਇਹ ਹੁਣ ਲਵਾਉਣਾ ਉਹ ਅੰਦਰ ਉਹਨੂੰ ਤਾਲਾ ਵੱਜਿਆ ਉਹ ਪਤਾ ਨਹੀਂ ਕਿੱਥੇ ਗਏ ਨੇ ਉਹ ਇੱਥੇ ਆਈ ਨਹੀਂ ਬੋਰ ਵਾਲੇ ਜੇ ਆ ਗਏ ਨੇ ਸਮਾਨ ਲੈ ਕੇ ਨਵੇਂ ਘਰ ਤੁਹਾਨੂੰ ਪਤਾ ਬੋਰ ਕਰਾਉਣਾ ਜਿਨ੍ਹਾਂ ਦੇ ਘਰ ਬੋਰ ਵਾਲੇ ਸਮਾਨ ਰੱਖਣੇ ਨਾ ਉਹਨਾਂ ਨੂੰ ਕਾਲ ਕਰਨ ਦੇ ਆ ਉਹ ਤਾਲਾ ਲੱਗਿਆ ਉਹਨਾਂ ਘਰ ਆਪੀ ਉਹਦੇ ਬੁੱਕ ਲੈ ਗਏ ਨੇ ਕਿਤੇ ਚਾਬੀ ਲੈਣ ਆਇਆ ਤੇ ਇੱਥੇ ਦੁਕਾਨ ਤੇ ਵੀ ਆ ਨਹੀਂ ਕਿੱਧਰ ਫਿਰਦੇ ਹੋ ਬੇ ਭੱਜਾ ਕਾ ਕੋਈ ਉਹ ਤੁਸੀਂ ਕਿੱਧਰ ਫਿਰਦੇ ਹੋ ਬੇ ਲਓ ਭਾਈ ਚਾਚੀ ਹੁਣਾਂ ਦੇ ਬਿਜ਼ੀ ਕਰਤੀ ਹੈ ਕਿੱਥੇ ਆਏ ਹੋ ਘਰ ਜਾ ਦੱਸੋ ਤੇ ਸਹੀ ਕੀ ਕਰਨ ਆਏ ਹੋ ਫਾਈਨਲੀ ਜਿਹਾ ਚਾਬੀ ਲੈਣ ਦੀ ਜੇ ਇੱਥੇ ਤੇ ਬੂਹਾ ਹੀ ਨਹੀਂ ਖੁੱਲਣ ਡਿਆ ਅਰਲ ਢਿੰਗਾ ਹੋ ਗਿਆ ਭਾਜੀ चलो जी गेट जी खुल गया जी
समान कट के इतने रखने इस घर समान जो है ना चुक चुक के अंदर कर डे ने पुछते हैं फिर बोर्ड जो है ना कि करना है ना स्टार्ट करना है फिर सुबह करना है स्टार्ट करना चलो जी इंशाल्लाह समान ले के आए ने सुबह इंशाल्लाह अड्डा लगेगा ते परसों जे स्टार्ट करेंगे सरगी सरगी ते शाम तक जे इंशाल्लाह पानी निकल आएगा किन्ने क पैप होंगे ने भला बहत्तर किन्ने किन्ने फुट का है सत्त फुट का सत्त फुट बहत्तर पैप जो है जो जमीन दे बेचे जान गए बाकी सारा समान जो लथ गया हूं जो ट्यूबवैल जो यह ला लगे गेरा लाने वाला फीटर चलो जी भाई अगे बोतल जी अड़ी बोतल बोतल अड़ी जी टायर दे अगे चलो जानते हो जानते हो चलो चलो जी फाइनली पीटर भी जो लथ गया आइए जी ने दूसरा ही पीटर समान पैप शैप पाए ने वड्डी मशीन है जड़ी जिन्हें बोर करना है वो ये ले आनी है फाइनली जी नाउ इट्स डिनर टाइम बोर वाले समान का एक जरा फेरा है ना अद्धा समान वह लवा के मैं घर आ गया वा हाथ मुँह धो के करा लगा डिनर जिन्हें बोर करना है वह दूसरा समान लैन गए ने दूसरा फेरा ही आना उन्हें आइए फिर जिन्हें जिन्हें डिनर करना है डिनर बेच आलू चावल गोभी मटर मैं जी डिनर करने तो बाद आ गया बाहर क्योंकि वो जिहड़ा घर है जिथे रखने समान ओदी चाबी मेरे कोल ही तो मैं बाकी समान भी लवा लेने तो भाई होरी कहने हुण जां गड्डी खराब हो गई बाकी समान जाना फिर सुबह आएगा गुड मॉर्निंग हो गई जी ते बोर वाला दूसरा समान जाना आ गया वड्डी मशीन जिहदे नाल जाना बोर होना है ते ओ जाना हुण समान समून कढ देने ते इत्थे अपने नवें घर जिथे बनाण डे आ ना उत्थे लै के आने ते बोर कर देने बोर जिहड़ा ना केड़ी साइड ते कराना ओ अबू जी होड़ी आ गए ने ते ओ फिर निशानी ला के देणगे जिथे जाना बोर कराना है निशानी ला गए ने मशीन जी उ लानी
ਬਸ ਬਸ ਇੱਧਰ ਨੂੰ ਘਾਲ ਨੂੰ ਤੁਸੀਂ ਬਣਾ ਲਿਆ ਹੋ ਇੱਧਰ ਨੂੰ ਸਹੀ ਡਾਟਾ ਡਾਟਾ ਥਾਂ ਸੀ ਮਸ਼ੀਨ ਜਿਹਨ ਬਾਈ ਘਰ 'ਚ ਆ ਗਈ ਹੈ ਤਾਂ ਹੁਣ ਤੁਹਾਨੂੰ ਬਹਾਨੇ ਜਿੱਥੇ ਜਿਹਨੇ ਬੋਰਡ ਕਰਾਉਣਾ ਹੈ ਅੱਬੂ ਨਾਲ ਜਿੱਥੇ ਨਿਸ਼ਾਨੀ ਲਾਈ ਹੈ ਤਾਂ ਜੇ ਠੀਕ ਕਰਨਾ ਆਹੋ ਕਿੱਥੇ ਕਰਨਾ ਅੱਬੂ ਜੀ ਇੱਥੇ ਕਰ ਲਓ ਇੱਥੇ ਇੱਥੇ ਵੇਖ ਲਓ ਇੱਥੇ ਘਰ ਦੀ ਨੀਂਹ ਨਾ ਹੁਣ ਤਦ ਯਾਰ ਉਹਦੀ ਕੰਧ ਦੀ ਸਿਹਤ ਧਿਆਨ ਹੋ ਜਾਂਦਾ ਇੱਧਰ ਜ਼ਰੂਰ ਇੱਧਰ ਦੇ ਕੁਛ ਆ ਬੰਦਾ ਬਣਾਉਣ ਬਣਾਉਣ ਲਾ ਬਣਾ ਬਣਾ ਲੈਂਦਾ ਕਿੱਥੇ ਇੱਥੇ ਇੱਥੇ ਕਰਾਉਣਾ ਇਹ ਇੱਥੇ ਹੀ ਕਰਾ ਲਓ ਇੱਧਰ ਉੱਥੇ ਕੁਛ ਨਹੀਂ ਨੇ ਬਣਾਉਣਾ ਉਹ ਨਕਸ਼ਾ ਹੀ ਬਣਿਆ ਹੈ ਇਹਦੇ ਉਹ ਨਕਸ਼ਾ ਜਿਹੜਾ ਬਣਿਆ ਉਹਦੇ ਮੁਤਾਬਕ ਹੀ ਬਣਨਾ ਹੈ ਤੇ ਇੱਥੇ ਬਣਾ ਲਓ ਵਾਲੇਕੁਮ ਸਲਾਮ ਠੀਕ ਹੈ ਵਾਲੇਕੁਮ ਸਲਾਮ ਉੱਥੇ ਤੁਰ ਗਿਆ ਹੁਣ ਇੱਥੇ ਹੀ ਆਖਿਆ ਆਪਾਂ ਸਹੀ ਦੇ ਨਾਲ ਹੀ ਕਰ ਲਓ ਨਹੀਂ ਉੱਥੇ ਥੋੜਾ ਇੱਧਰ ਹੀ ਰੱਖੋ निशानी लग गई इत होगा बोर ए जी बहर आई दीवार जिता जाना जिथे अंदर कमरे बने रूम घर बनना जिथे वह वाली दीवार इतनी आँदी पी जिथे सड़ी है ना तो सेंटर च रख के करा लगे बोर जिथे करना निशानी ला के दे दी है तो फिर बोर आए जे मिस्त्री ने अपना काम स्टार्ट करते हैं अड्डा शड्डा लाते हैं तो जो ना बोर करते हैं ना तुम जो बहाने फिलहाल जो कहते मैं थोड़े एक पैसे दो चाहिए समान समूह लिया पैसे लिया पैसे जो मैं लैके आ गया जी 20,000 हेलो जी सोने बड़े ने घोर चाहिए ने बड़े इन्हों कि चाहिए 4,000 किराया हेलो जी चाचू ने किराया लेना 4,000 1,000 बकाया दे दियो मशीन बहुत महंगी है कोई नहीं छड़ के जान गए अगू काम शुरू कर लांगे बोर वाला मशीन चुक लांगे हूं जो सारे जने चाह बिस्कुट का नाश्ता करन दे जिथे बह के आइयो जी भाई जी ने जिन्हें नाश्ता करना बिस्मिल्लाह हूं जो थोड़ा समान लियाना जाना पैना है मोरां ते ओह लैके आने सीमेंट ते प्लॉस पैरस जो भी कहिंदे ने फिर अस्सलाम वालेकुम प्लास्टिक पैर है 4 के पैटक दे दियो अच्छा एक जना पानी सारे जने तोले यार पानी है देखो तीन बंदे हाथ माले वो एक और बंदा वारो सदी वजन बाबा जी चुके जाना दुकान तू जे ना नहीं मिली प्लास्टिक पैर ते इथू जे जिथे असि ਸੀਲਿੰਗ ਵਾਲੀ ਦੁਕਾਨ ਹੈ ਉੱਥੋਂ ਮਿਲੀ ਹੈ ਬ੍ਰੋ ਪਲਾਸਟਰ ਪੈਲਸ ਹੈ ਪਲਾਸਟਰ ਪੈਲਸ ਪਲਾਸਟਰ ਪਲਾਸਕ ਹਲੋ ਜੀ ਪਲਾਸਟਿਕ ਪੈਲਸ ਲੈਣ ਦੀ ਜੀ ਕੀਤਾ ਕੰਮ ਸਟਾਰਟ ਕਿ ਨਹੀਂ ਸੁਣ ਜੀ ਰਾਜ ਇੱਧਰ ਰਾਜ ਆਈ ਬੋਰ ਜੀ ਨੇ ਵਾਈ ਕਰਨਾ ਸਟਾਰਟ ਕਰ ਦਿੱਤਾ ਨੇ ਓਏ ਹੋਏ ਹੋਏ ਇਹ ਵਾਵਾ ਥੱਲੇ ਤੱਕ ਤੁਰ ਗਏ ਤੁਹਾਨੂੰ ਜ਼ਮੀਨ ਵੀ ਆ ਗਈ ਹੈ ਚੱਕ ਕਰੋ ਨੀਆ ਜਿਹੜੀ ਇਹ ਭਾਈ ਹੈ ਨਾ ਉਥੋਂ ਦੇ ਥੱਲੇ ਜਿਹੜੀ ਸਾਡੀ ਜ਼ਮੀਨ ਹੈ ਜਿੰਜੋ ਹੈ ਉਥੋਂ ਤੱਕ ਤੁਰ ਗਿਆ ਉਹਦੇ ਥੱਲੇ ਆ ਉਹਦੇ ਥੱਲੇ ਤੁਰ ਗਿਆ 12 ਫੁੱਟ ਹੋ ਗਿਆ ਲੈਂਥ ਹੋਰ ਲੈਣੇ ਪਾਣੀ ਆ ਇਹ 12 ਫੁੱਟ ਹੋ ਗਿਆ ਵਾਹ ਜੀ ਵਾਹ 12 ਫੁੱਟ ਜਿਹਨ ਭਾਈ ਬੋਰ ਹੋ ਗਿਆ ਜੀ ਸਾਡੇ ਆਂਦੇ ਆਂਦੇ ਆ ਟੋਟਾ ਕੋ ਲੈ ਕੇ ਨਾ ਗੁੱਡੂਆ ਕਰ ਲੈਣੇ ਲੈ ਆਉਨੇ ਲੈ ਟੋਟਾ ਮਠਿਆਈ ਲਾਇਆ ਫਿਰ ਲੈ ਆਉਨੇ ਆ ਵਰਮਾ जोर हो गया हूं किन्ने फुट का ही है 17 फुट है जोर के ठीक हो गया टोटल जो कि तक 400-500 तक हों 480 बाकी जिथे जाके पानी आई है सही साढ़े पेंड जो है ना नॉर्मल बोर्ड 30-40 फुट तक हों जिथे जाके जो है ना पानी आ जाता है उतली सतह का वह पानी जहाँ हो गया हूँ गंदा पीन के काबल नहीं रहा यूज के काबल नहीं रहा तुम्हें पता फैक्ट्रियां बन गई पिंड जो गटर गुटर जो गंदा पानी होंगे ना वह जमीन घल देंगे तो उतला पानी जहाँ खराब हो गया पीता नहीं जाता इस वक्त जो बोर डूंगा करा लगे मजैल लवेंगे 400-500 फुट तक पानी जिथे आ गया सही आ गया तो फिर तुम जो बहाने कि बोर होंगे ਬੰਦੇ ਕੋ 15-16 ਲੱਭਨੇ ਆ ਫਿਰ ਇਹਨੂੰ ਘੜਨ ਲਈ ਤਾਂ ਆਦੇ ਕੇ ਬਾਹਰ ਕੱਢਣ ਲਈ ਦਸੀ ਰਾੜ ਖੋਲਣ ਲਈ ਤੇ ਮੇਲਣ ਲਈ ਹੈ ਬੰਦੇ ਕੋ 15-20 ਕਰਨੇ ਆ ਕੱਟੇ ਜਾਂਦੇ ਮਸ਼ੀਨ ਕੋ ਹੋ ਜੇ ਲਿਆ ਜੇ ਖਲੋਗੇ ਤਾਂ ਨੂੰ ਖਿੱਚੀ ਜਾਏ ਘਰ ਕੀ ਹਲੇ ਬਣਿਆ ਫਿਰ ਵੱਡੀ ਮਸ਼ੀਨ ਨਾ
18 फुट जी पानी आ गया। पानी जो है ना वो चेक करो सामने 18 फुट से जो नजर आने लग पा जो पानी ए चेक करो रेत भी जो गिली गिली आ गई। अबू जी पानी से उतर ही आ गया। पानी उत्ते सेम दा आया। अच्छा जी सेम इन्नी हुई है। आहो इतो तो सेम आई है बदल छदा जी पेंदे रे ने ते। अच्छा जी चाचू जी पानी एडी उची क्यों है। पानी तो उची सेम दले सेम किनू कहंदे ने बारिश पैण ते। अच्छा अच्छा ते थले पानी ता आ जांदा। ओ तादी पानी ता आया है। मैं जाके पानी दी आ गया थोड़ा ही बोर कराना पैना। ਥੋੜਾ ਤੇ ਕਰਾਣਾ ਪੈਂਦਾ ਪਰ ਪਾਣੀ ਹੁਣ ਤੇ ਬੇਬਾ ਆਇ ਪਿਆ ਮੈਂ ਪੀਣ ਲਈ ਨਹੀਂ ਨਾ ਸਹੀ। ਹਾਂ ਫਿਰ ਬਾਅਦ ਚ ਜਦੋਂ ਸੋਕ ਹੋਣੀ ਉਦੋਂ ਨਹੀਂ ਆਉਣਾ। ਹਾਂ ਬਾਅਦ ਚ ਉੜ ਗਿਆ ਉਦੋਂ ਲੱਗੇ ਜੇਠਾ ਉਦੋਂ ਨਹੀਂ ਆਉਂਦਾ। ਹੂੰ ਇਹ ਡੂੰਘਾ ਕਰਨਾ ਬੋਰ ਹੈ ਉਤਲਾ ਪਾਣੀ ਤੇ ਸਵਾਦ ਨਹੀਂ ਸਹੀ ਨਹੀਂ। ਹਾਂ ਚਲੋ ਜੀ ਚਾਚੂ ਨਾ ਕਰਾਣ ਦੇ ਨੇ ਬੋਰ ਤੇ ਪਾਣੀ ਤੇ ਆ ਗਿਆ ਫਿਰ ਮਠਿਆਈ ਸ਼ਾਈ ਕਰ ਲਓ ਬੰਦੋਬਸਤ। ਇਹਨੇ ਚਾਚੇ ਨੂੰ ਕਰਨੇ ਇਹਨੂੰ ਪੁੱਛ ਲੈ ਮਠਿਆਈ ਬੰਦੇ ਤੇਰੇ ਆਏ ਲੇਟ ਬੰਦੇ ਗਰੇਟ ਨੇ मैं ठेका लिया दोबारा ना उठी बोर के पैसे किने देने ने दे लो गे पैसे पैसे तुही नहीं देने अपने तक नहीं गल आनी पैसे तो रबा दे लेगा। चलो आंदे मठियाई लिया फिर अगू काम शुरू होना है इंज नहीं होना। ओ, ओ, ओ नहीं नहीं मैं चिल्ला मठियाई लैन मैं लैके आना मैं लैके आना मैं लैके पानी बहर आए फिर मठियाई लियानी है। आहो चलो ठीक हो गया जनाब मेरे वाल तो छोड़ो ए वाल वे रख लेने तो मेनू नुकसान हो गया। हूं जो मैं सीमेंट लैन आया हजे बोर्ड के बेचा तो मैं कोई सीमेंट भी यूज होना है होर तो नहीं कोई चाहिए। चलो शुक्र है यह पैंपा बेच ही रहना पक्के बेच ठीक हो गया। ताड़िया अखां दे सामने कोई धोखा नहीं कोई फरेब नहीं फुल प्रोसेस तुहानू बहावांगे बोर्ड किन्ना कीता किन्ने जाके पानी आया किन्ने फुटा च किन्ने फुट बोर होया है बाकी है साढ़े सामने जो हो रहा। ए जो ना सीमेंट ते प्लास्टिक पैरस जी मिक्स करके जो ना बोर्ड के दुआले सुटी जे पैंपा दे एदा की फायदा जी इंशाल्लाह।
ਸਾਡੇ ਵਾਲੀਆਂ ਨਹੀਂ ਉਹਦੇ ਕੋਲ ਲਈ ਅਸੀਂ ਸੀਮੈਂਟ ਅਤੇ ਪਲਾਸਟਿਕ ਪੈਰ ਹਜੇ ਨਾ ਪਾਣੀ ਵਿੱਚ ਮਿਕਸ ਕਰਕੇ ਜਿਹੜਾ ਬੋਰ ਕਰਨਾ ਉਹਦੇ ਗਿਰਦ ਪਾ ਦਿੱਤੀ ਹੈ। ਇਹ ਵੇਖੋ ਫੁੱਲ ਹੋ ਗਿਆ, ਇਹ ਹੁਣ ਜਾਂ ਥੱਲੋਂ ਪੱਕਾ ਕੰਮ ਹੋ ਗਿਆ ਇਹਦਾ। ਮਤਲਬ ਜਿਹੜੀ ਸਾਈਡਾਂ 'ਚ ਮਿੱਟੀ ਹੈ ਨਾ ਉਹ ਕੇੜ ਕੇੜ ਕੇ ਜੇ ਨਾ ਇਹਦੇ ਬੋਰ ਦੇ ਵਿੱਚ ਨਾ ਡਿੱਗੇਗੀ। ਇਹ ਸੁੱਕ ਗਿਆ ਨਾ ਥੋੜ੍ਹੀ ਦੇਰ ਬਾਅਦ, 15-20 ਮਿੰਟਾਂ ਬਾਅਦ ਕੰਮ ਜਿਹਾ ਪੱਕਾ ਹੋ ਜਾਣਾ ਫੁੱਲ। ਇਹ ਮਾਸਾ ਵੀ ਨਹੀਂ ਪੈਂ ਪੁੱਤੋਂ ਹਿੱਲਾਂ ਤਾਂ ਹੁਣ ਵੀ ਨਹੀਂ ਦਿਆ, ਬਾਕੀ ਉਹ ਵੀ ਜਿਹੜਾ ਕੰਮ ਸਹੀ ਪੱਕਾ ਹੋ ਗਿਆ। ਬਾਕੀ ਹੁਣ ਜਿਹਾ ਨਾ ਉਹ ਸੁੱਕਦਾ ਨਾ, ਉਹਦੇ ਤੋਂ ਬਾਅਦ ਜਿਹੜਾ ਮਸ਼ੀਨਾਂ ਸਾਈਡ ਤੋਂ ਘਰ ਕੁੜ ਕੇ ਅਤੇ ਬੋਰ ਜਿਹਾ ਫਿਰ ਸਟਾਰਟ ਕਰ ਦਿੰਦੇ ਨੇ। ਇੱਕ ਦਿਨ ਦਾ ਕੰਮ ਹੈ ਮਸ਼ੀਨ ਦੇ ਨਾਲ। ਪਹਿਲੇ ਜ਼ਮਾਨੇ 'ਚ ਇਹਦੇ ਹੱਥਾਂ ਦੇ ਨਾਲ ਕਰਦੇ ਹਨ, 3-3, 4-4, 5-5, 6-6 ਦਿਨ ਲੱਗ ਜਾਂਦੇ ਹਨ ਬੋਰ ਕਰਦੇ ਹਾਂ, ਅਤੇ ਹੁਣ ਮਸ਼ੀਨ 1-2 ਦਿਨ 'ਚ ਕੰਮ ਮੁੱਕ ਜਾਂਦਾ। ਫਾਈਨਲੀ ਜੀ ਬੋਰ ਵਾਲੀ ਮਸ਼ੀਨ ਜਿਹਾ ਵਾਈ ਸੈੱਟ ਹੋ ਗਈ ਜੀ। ਚੈੱਕ ਕਰੋ ਜੀ, ਮੈਂ ਜੇ ਨਾ ਵੀਡੀਓ ਅਪਲੋਡ ਕਰਨ ਗਿਆ ਹਾਂ, ਮੇਰੇ ਵੀਡੀਓ ਅਪਲੋਡ ਕਰਦਿਆਂ ਸੀ ਤਾਂ ਜੇ ਨਾ ਜਵਾਨਾ ਮਸ਼ੀਨ ਮਸ਼ੂਨ ਸੈੱਟ ਕਰ ਕੁੜ ਦਿੱਤੀ ਹੈ, ਅਤੇ ਕਿੱਥੇ ਗਏ ਨੇ ਹੁਣ? ਪਤਾ ਨਹੀਂ, ਹੁਣ ਤੁਰ ਗਏ ਮੁੜ ਦੱਸ ਬਹਿ ਕੇ ਨਿਕਲ ਗਏ ਨੇ, ਛੁੱਟੀ ਕਰ ਗਏ ਨੇ। ਪਤਾ ਨਹੀਂ, ਕਹਿੰਦੇ ਨੇ ਕਿ ਜੇ ਆ ਗਏ ਤਾਂ ਇੱਥੇ ਉਹ ਜਨਾਇਦ ਤੇ ਤੁਰ ਗਏ। ਅੱਛਾ ਜੀ, ਹਾਂਜੀ, ਚਲੋ ਜੀ, ਬਾਕੀ ਜੇ ਮਸ਼ੀਨ ਮਸ਼ੂਨ ਸੈੱਟ ਤਾਂ ਕਰ ਦਿੱਤੀ ਨੇ, ਫਿਰ ਵੇਖੋ ਫਿਰ ਜੇ ਨਾ ਹੁਣ ਆਣ ਕੇ ਬੋਰ ਸਟਾਰਟ ਕਰਦੇ ਨੇ ਕਿ ਜੇ ਨਾ ਸੁਬਹਾ ਸਟਾਰਟ ਕਰਦੇ ਨੇ। ਮਸ਼ੀਨ ਦੀ ਜੇ ਨਾ ਫਿਟਿੰਗ ਵੇਖੋ ਕੈਸੀ ਕੀਤੀ ਜੇ ਨਾ। ਲੈ ਕੇ ਨਾ ਅੰਬ ਜੇ ਪੈਂਪ ਲਾਣ ਡਿਆ ਹਜੇ ਬੋਰਡ ਵਾਸਤੇ, ਬੋਰਡ ਸਟਾਰਟ ਕਰਨਾ ਨਾ, ਅਤੇ ਉਹ ਪੈਂਪ ਜਿਹਾ ਨਾਲ ਗਿਆ ਸੀ ਉਹ ਗੱਡੀ ਦੇ ਅੱਗੇ ਮਡ ਗਾਰਡ ਜਿਹਾ ਜਿਹੜਾ ਹੁੰਦਾ, ਅਤੇ ਉਹ ਲੈ ਚੱਲੇ ਹਨ ਪੈਂਪ ਨਾਲ ਹੀ ਖਿੱਚ ਕੇ। ਮੈਂ ਨਾ ਹੁੰਦਾ ਅੱਗੇ ਤਾਂ ਉਹਨਾਂ ਲੈ ਜਾਣਾ ਸੀ ਨਾਲ ਹੀ ਪੈਂਪ ਸਾਰੇ ਦਾ ਸਾਰਾ ਖਿੱਚ ਕੇ। ਲੱਦ ਕਿਤੇ ਜਾਣਾ ਸੀ ਉੱਥੋਂ ਇਹਦੇ ਨਾਲ ਲੜ ਕੇ, ਅਤੇ ਉਹਦੇ ਨਾਲ ਲੜ ਕੇ ਤਾਂ ਉਂਝ ਖਿੱਚ ਕਰਕੇ ਟੁੱਟ ਕਦਨਾ ਸੀ, ਆਉਂਦਾ ਵਾ ਲਾਹ ਜਾਣਾ ਸੀ। ਪੈਂਪ ਜਿਹਾ ਨਾ ਲਾਇਆ ਇਹ ਟੈਂਕੀ ਭਰਨ ਵਾਸਤੇ, ਕਿਉਂਕਿ ਬੋਰਡ ਦੇ ਵਿੱਚ ਜਿਹੜਾ ਪਾਣੀ ਜਾਣਾ ਨਾ ਇਹਦੇ ਵਿੱਚੋਂ ਜਾਣਾ ਬੋਰਡ ਦੇ ਵਿੱਚ, ਅਤੇ ਵਾਪਸ ਵੀ ਜਿਹਾ ਨਾ ਆਉਣਾ ਨਾ ਇਹਦੇ ਵਿੱਚ ਹੀ ਆਉਣਾ। ਪਰ ਜਿਹੜਾ ਗੰਦਾ ਪਾਣੀ ਹੋਣਾ, ਰੇਤ ਛੇਤ ਹੋਣੀ, ਮਿੱਟੀ ਛੇਟੀ ਹੋਣੀ ਹੈ, ਇਹ ਪੈਂਪ ਰਾਣੀ ਬਾਹਰ ਨਿਕਲੀ ਜਾਣੀ। ਇਹ ਟੈਂਕੀ ਆਉਂਦੇ ਹਨ ਜੇ ਨਾ ਭਰ ਦਿਓ, ਇਹ ਭਰਾਂ ਲੱਗ ਜਾ ਹੁਣ। ਇਹ ਜੋੜ ਤੋਂ ਥੱਲੇ ਥੱਲੇ ਰੱਖਣਾ, ਠੀਕ ਹੋ ਗਿਆ, ਕਿਉਂਕਿ ਫਿਰ ਬੋਰਡ ਦੇ ਵਿੱਚ ਪਾਣੀ ਪੈ ਜਾਣਾ, ਅਤੇ ਉਹ ਜੋ ਕੱਲ੍ਹ ਚਲਾਉਣਗੇ ਨਾ ਤਾਂ ਫਿਰ ਜਿਹੜੀ ਇੱਥੋਂ ਪਾਣੀ ਅੰਦਰ ਜਾਏਗਾ। ਫਿਲਹਾਲ ਜੇ ਨਾ ਇਹ ਟੈਂਕੀ ਭਰਨੀ ਆ ਪਾਣੀ ਦੀ, ਅਤੇ ਜਿੰਨਾ ਬੋਰ ਕਰਨਾ ਨਾ ਫਿਰ ਉਹ ਆ ਕੇ ਬੋਰ ਕਰਨ ਲੱਗ ਪੈਣਗੇ। ਪਾਣੀ ਜੇ ਨਾ ਬਾਈ ਆਉਣ ਲੱਗ ਪਿਆ ਜੇ, ਇਹ ਟੈਂਕੀ ਜੇ ਨਾ ਫਿਰ ਭਰ ਦਿੰਦੇ ਹਾਂ। ਆਮੀ ਜੇ ਇੰਨਾ ਹੀ ਨਾ ਭਰਨਾ ਜੀ ਇਹਦੇ ਤੋਂ ਥੱਲੇ ਥੱਲੇ। ਥੱਲੇ ਰੱਖ ਦੇ ਨਾ ਜਲਦੀ ਆਏਗਾ। ਚੱਲ ਪਾਣੀ ਜੇ ਨਾ ਪਤਾ ਨਹੀਂ ਕਿੰਨੇ ਚਿਰ ਨੂੰ ਭਰਿਆ ਜਾਣਾ, ਥੋੜਾ ਥੋੜਾ ਆਣ ਡਿਆ ਤਾਂ। ਮੰਮੀ ਤੁਸੀਂ ਕੀ ਕਰਾਂਦੇ ਹੋ? ਇੱਥੇ ਬੋਰ ਕਰਨ ਲੱਗੇ ਆ, ਤੈਨੂੰ ਨਹੀਂ ਨਹੀਂ ਕਰਾਣੀਆਂ ਫਰ ਕੇ। ਤੁਹਾਨੂੰ ਮੈਂ ਕਰਾਵਾਂਗਾ, ਤੇਰੀ ਡੀਡੀ ਪਾਪਾ ਵੀ ਕਰਾਂਗਾ, ਡਾਡੀ ਕਰਾਂਗਾ ਕੀ ਡੀਡੀ ਪਾਪਾ। ਚਲੋ ਚੌਕੇ ਨੂੰ ਵਿੱਚ ਸੁੱਟੀਏ, ਚੌਕੇ ਨੂੰ, ਚੌਕੇ ਨੂੰ ਵਿੱਚ ਸੁੱਟੀਏ, ਫਰ ਦਰਾ ਇਹਨੂੰ ਵਿੱਚ ਡੁਬਕੀ ਲਵਾਈਏ ਇਹਦੀ। ਅੱਲਾਹ ਅਕਬਰ, ਕੱਲ ਦਾ ਜੇ ਨਾ ਬੋਰ ਹੋਣ ਲੱਗਾ, ਸੁਬਹਾ ਦਾ ਜੇ ਨਾ ਬੋਰ ਦੇ ਕੋਲ ਹਾਂ, ਉੱਥੇ ਵੀਡੀਓ ਬਣਾਉਂਦੇ ਹਾਂ, ਵਲੋਗ ਵਲੋਗ ਜੇ ਨਾ ਬਣਾਉਂਦਿਆਂ ਬਣਾਉਂਦਿਆਂ ਪੁਰਾਣਾ ਵਲੋਗ ਐਡਿਟ ਨਹੀਂ ਹੋਇਆ ਨਾ ਹੀ ਅਪਲੋਡ ਹੋਇਆ, ਟਾਈਮ ਤਕਰੀਬਨ ਜੇ ਨਾ 4 ਵੱਜ ਚੱਲੇ ਨੇ, ਅਤੇ ਵਲੋਗ ਜੇ ਨਾ ਲੇਟ ਹੋ ਗਿਆ। ਬਾਕੀ ਜੇ ਨਾ ਲੇਟ ਹੋ ਗਿਆ ਅੱਜ ਦਾ ਵਲੋਗ, ਸੁਬਹਾ ਇਨਸ਼ਾਲਾ ਜੇ ਨਾ ਟਾਈਮ ਨਾਲ ਵਲੋਗ ਆਈਏਗਾ, ਕਿਉਂਕਿ ਬੋਰਡ ਦਾ ਫਿਰ ਕੰਮ ਖਤਮ ਹੋ ਜਾਏਗਾ ਅੱਜ ਇਨਸ਼ਾਲਾ। ਬਾਕੀ ਫਿਲਹਾਲ ਹੈ ਵਲੋਗ ਹੁਣ ਮੈਂ ਬਹਿ ਕੇ ਐਡਿਟ ਕੀਤਾ ਅਤੇ ਅਪਲੋਡ ਕਰਨ ਲੱਗਾ, ਅਤੇ ਪੂਰਾ ਜਿਹਾ ਨਾ ਵੇਖਣਾ, ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, 2-3 ਵਾਰੀ ਵੇਖ ਲਓ, ਐਂਡ ਤੱਕ ਜਿਹਨੇ ਵੇਖ ਲਿਆ ਨਾ ਉਹ 1-2 ਵਾਰੀ ਹੋਰ ਵੇਖ ਲਓ,
बाकी फिलहाल फिर जाना इन मैं जल्दी जल्दी अपलोड करा इंशाल्लाह मिलना फिर सुबह नेक्स्ट व्लॉग च मैंने दो बार इजाजत फकीर ना सदा कर चले मियाँ खुश रहो हम दुआ कर चले अल्लाह हाफिज बाय बाय टाए टाए सब्सक्राइब करो ओके हो गया।